ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਮੈਂ ਤੁਹਾਨੂੰ ਦਿਖਾਉਣੀ ਹੈ ਜ਼ੈਡੇ ਪਲਾਂਟ। ਮੇਰੇ ਕੋਲ ਕਾਫ਼ੀ ਸਾਰੀ ਕਲੈਕਸ਼ਨ ਹੈ ਜ਼ੈਡੇ ਪਲਾਂਟ ਦੀ। ਇਹ ਜਿਹੜਾ ਮੇਰਾ ਜ਼ੈਡੇ ਆ ਕਾਫ਼ੀ ਪੁਰਾਣਾ, ਘੱਟੋ ਘੱਟ 5-7 ਸਾਲ ਪੁਰਾਣਾ ਤਾਂ ਹੋਣਾ ਹੀ ਹੈ। ਅਤੇ ਇਹ ਇੱਕ ਰੁੱਖ ਦੀ ਤਰ੍ਹਾਂ ਮੈਂ ਬਣਾਇਆ ਹੋਇਆ, ਝੁਕਿਆ ਹੋਇਆ ਰੁੱਖ, ਤੁਸੀਂ ਦੇਖ ਸਕਦੇ ਹੋ। ਕਟਿੰਗ ਇਹਦੀ ਥੋੜ੍ਹੀ ਜਿਹੀ ਕਰਨ ਵਾਲੀ ਹੈ ਕਿਉਂਕਿ ਹੁਣ ਇਸ ਰੁੱਤ ਵਿੱਚ ਇਹਦੀਆਂ ਜਿਹੜੀਆਂ ਟਾਹਣੀਆਂ ਉਹ ਵੱਧ ਗਈਆਂ, ਪੱਤੇ ਕੱਢਦਾ। ਜਿਹੜਾ ਹੈਗਾ ਮਹੀਨਾ ਮਾਰਚ, ਅਪ੍ਰੈਲ, ਮਈ, ਜੂਨ, ਹੁਣ ਇਹਦੀ ਵਾਧੇ ਦੀ ਰੋਤੀ ਹੈ। ਅਤੇ ਥੋੜ੍ਹਾ ਜਿਹਾ ਮੈਂ ਸਬਜ਼ੀਆਂ ਦੇ ਵਿੱਚ ਉਲਝੀ ਹੋਣ ਕਰਕੇ ਇਹਦੀ ਜਿਹੜੀ ਕਟਿੰਗ ਆ ਉਹ ਮੈਥੋਂ ਹੋ ਨਹੀਂ ਸਕੀ। ਇਹਦੀ ਜਦੋਂ ਮੈਂ ਕਟਿੰਗ ਕਰੂੰਗੀ ਫਿਰ ਵੀ ਤੁਹਾਨੂੰ ਦਿਖਾਊਂਗੀ। ਬੜਾ ਹੀ ਪਿਆਰਾ ਲੱਗਦਾ, ਛਾਂ ਦੇ ਵਿੱਚ ਪਿਆ, ਪੱਤੇ ਦੇਖੋ ਇਹਦੇ ਕਿੰਨੇ ਸੋਹਣੇ ਹੈ। ਅਤੇ ਪਾਣੀ ਇਹਨੂੰ ਬਹੁਤੀ ਮਾਤਰਾ ਵਿੱਚ ਨਹੀਂ ਚਾਹੀਦਾ। ਅਤੇ ਬੜਾ ਵਧੀਆ ਔਰਨਾਮੈਂਟਲ ਪਲਾਂਟ ਹੈ ਇਹ, ਸਾਡੇ ਘਰ ਦੇ ਵਿੱਚ ਬਹੁਤ ਸੋਹਣਾ ਲੱਗਦਾ, ਖੂਬਸੂਰਤ ਲੱਗਦਾ। ਇਹ ਵੀ ਮਿਨੀਏਚਰ ਹੈ, ਦੇਖੋ ਪਲਾਂਟ ਬਹੁਤ ਸੋਹਣਾ, ਛੋਟਾ ਜਿਹਾ। ਇਹ ਸਾਰੇ ਜਿਹੜੇ ਹੈਗੇ ਆ ਛਾਂ ਦੇ ਵਿੱਚ ਰੱਖਣ ਵਾਲੇ ਪੌਦੇ ਆ, ਪਰ ਇਨਡੋਰ ਨਹੀਂ ਹੈਗੇ, ਹੈਗੇ ਆਊਟਡੋਰ ਹੈ, ਪਰ ਛਾਂ ਹੋਵੇ ਤਾਂ ਉੱਥੇ ਵਧੀਆ ਵੱਧਦੇ ਫੁੱਲਦੇ ਆ। ਇਸ ਤਰ੍ਹਾਂ ਹੀ ਮੇਰੇ ਕੋਲ ਆ ਦੇਖੋ ਤੁਸੀਂ, ਇਹ ਜ਼ੈੱਡ ਪਲਾਂਟ ਪਏ ਹੋਏ ਆ ਬੜੇ ਬਹੁਤ ਸਾਰੇ, ਔਰ ਇਹਦਾ ਛੋਟਾ ਜਿਹਾ ਇੱਕ ਟ੍ਰੀ ਬਣ ਚੁੱਕਿਆ, ਤੁਸੀਂ ਦੇਖ ਸਕਦੇ ਹੋ। ਬੜਾ ਸੋਹਣਾ ਟ੍ਰੀ ਲੱਗਦਾ ਇਹ, ਬੜੀ ਸੋਹਣੀ ਇਹਦੀ ਸ਼ੇਪ ਹੈ। ਅਤੇ ਬੜੀਆਂ ਸੋਹਣੀਆਂ ਬ੍ਰਾਂਚਸ ਦੇਖੋ ਤੁਸੀਂ, ਜਿਵੇਂ ਨਾ ਕੋਈ ਰੁੱਖ ਹੁੰਦਾ ਹੈ। ਇਹ ਸਾਰੇ ਜ਼ੈੱਡ ਪਲਾਂਟ ਹੈ। ਅਤੇ ਆਹ ਦੇਖੋ, ਇਹ ਸਾਰੇ ਮੇਰੇ ਜ਼ੈੱਡ ਪਲਾਂਟ ਹੈ। ਬਹੁਤ ਹੀ ਸੋਹਣਾ ਕੋਰਨਰ ਲੱਗਦਾ ਇਹ। ਨਾਲ ਹੀ ਸਨੇਕ ਪਲਾਂਟ ਵੀ ਹੈ, ਤੁਸੀਂ ਦੇਖ ਸਕਦੇ ਹੋ। ਪੀਪਲ ਹੈ, ਇਹ ਜ਼ੈੱਡ ਪਲਾਂਟ ਮੇਰਾ ਥੋੜ੍ਹਾ ਜਿਹਾ ਧੁੱਪੇ ਪਿਆ ਸੀ, ਧੁੱਪ ਵੀ ਸੀ ਅਤੇ ਕੰਧ ਦੇ ਨਾਲ ਵੀ ਸੀਗਾ। ਅਤੇ ਹੁਣ ਮੈਂ ਉਹਨੂੰ ਛਾਵੇਂ ਰੱਖਿਆ ਹੋਇਆ ਕਿਉਂਕਿ ਇਹ ਜਿਹੜੇ ਪੌਦੇ ਹੈ ਭਾਵੇਂ ਸਕਲੈਂਟਸ ਹੈ ਪਰ ਫਿਰ ਵੀ ਇਹਨਾਂ ਨੂੰ ਛਾਂ ਦੀ ਲੋੜ ਹੁੰਦੀ ਹੈ। ਜੇ ਛਾਵੇਂ ਰੱਖਾਂਗੇ ਤਾਂ ਬਹੁਤ ਸੋਹਣੇ ਬਣ ਜਾਂਦੇ ਆ। ਧੁੱਪੇ ਹੁੰਦਾ ਇਹਨਾਂ ਨੂੰ ਕੁਝ ਨਹੀਂ, ਪਰ ਥੋੜ੍ਹੀ ਸੁੰਦਰਤਾ ਦੇ ਵਿੱਚ ਇਹਨਾਂ ਦੇ ਫਰਕ ਜ਼ਰੂਰ ਆਉਂਦਾ। ਤਾਂ ਇਹਨੂੰ ਮੈਂ ਹੁਣ ਛਾਵੇਂ ਰੱਖਿਆ ਸ਼ੇਡ ਦੇ ਵਿੱਚ, ਤੁਸੀਂ ਦੇਖ ਸਕਦੇ ਹੋ। ਇਹ ਹੈ ਬੋਗਨਵਿਲੀਆ। ਬੋਗਨਵਿਲੀਆ ਵੀ ਜੇਕਰ ਅਸੀਂ ਡਾਇਰੈਕਟ ਸਨ ਦੇ ਵਿੱਚ ਰੱਖਦੇ ਹਾਂ ਤਾਂ ਇਹ ਬਹੁਤ ਵਧੀਆ ਇਹਦਾ ਵਾਧਾ ਵਿਕਾਸ ਹੁੰਦਾ ਹੈ ਅਤੇ ਫਲਾਵਰਿੰਗ ਬੜੀ ਹੁੰਦੀ ਹੈ ਇਹਦੇ 'ਤੇ ਧੁੱਪੇ ਰੱਖਣ ਨਾਲ। ਇਹ ਛਾਂ ਦੇ ਵਿੱਚ ਨਹੀਂ ਰੱਖਣਾ ਤੁਸੀਂ ਇਹਨੂੰ ਕਦੇ ਵੀ, ਬੋਗਨਵਿਲੀਆ ਨੂੰ ਜਿੰਨੀ ਧੁੱਪ ਹੋਊਗੀ ਉੰਨੀ ਫਲਾਵਰਿੰਗ ਵੱਧ ਹੋਊਗੀ। ਇਹਨੂੰ ਪਾਣੀ ਵੀ ਵੱਧ ਪਾਓ, ਅਤੇ ਜੇਕਰ ਗਮਲੇ ਵਿੱਚ ਹੈ ਤਾਂ ਇਹਨੂੰ ਪਾਣੀ ਚਾਹੀਦਾ ਹੁੰਦਾ। ਧਰਤੀ ਦੇ ਵਿੱਚੋਂ ਆਪਣੇ ਆਪ ਪਾਣੀ ਲੈਂਦੀ ਰਹਿੰਦੀ ਹੈ ਕਿਉਂਕਿ ਖੁਸ਼ਕੀ ਦਾ ਪੌਦਾ ਇਹ, ਪਰ ਫਿਰ ਵੀ ਜੇ ਅਸੀਂ ਇਹਨੂੰ ਪਾਣੀ ਪਾਵਾਂਗੇ ਤਾਂ ਬਹੁਤ ਵਧੀਆ ਇਹ ਗਰੋਥ ਕਰਦੀ ਹੈ, ਵੱਧਦੀ ਫੁੱਲਦੀ ਹੈ। ਇਹ ਵੈਰੀਗੇਟਡ ਬੋਗਨਵਿਲੀ ਹੈ, ਦੋਨੋਂ ਹੀ ਇਹ ਅਸੀਂ ਸਨ ਦੇ ਵਿੱਚ ਰੱਖੀਆਂ। ਇੱਥੇ ਧੁੱਪ ਸਾਰਾ ਦਿਨ ਪੈਂਦੀ ਹੈ, ਤੁਸੀਂ ਵੇਖ ਸਕਦੇ ਹੋ ਵੀ ਕਿੰਨੇ ਸੋਹਣੇ ਦੇ ਫਲਾਰਸ ਜਿਹੜੇ ਆ ਆਏ ਹੋਏ ਆ। ਅਤੇ ਵਾਈਟ ਜਿਹੜੀ ਹੁੰਦੀ ਹੈ ਬੋਗਨ, ਉਹਦੇ 'ਤੇ ਤਾਂ ਬਹੁਤ ਹੀ ਜ਼ਿਆਦਾ ਫਲਾਰਸ ਆਉਂਦੇ ਆ ਔਰ ਬੜੀ ਸੋਹਣੀ ਹੁੰਦੀ ਹੈ ਇਹ, ਦੇਖੋ। ਅਤੇ ਡਾਇਆਂਥਸ ਵੀ ਆਪਣਾ ਦੇਖੋ ਰੌਣਕ ਦਿਖਾ ਰਿਹਾ, ਭਾਵੇਂ ਗਰਮੀ ਆ ਗਈ ਪਰ ਇੱਥੇ ਥੋੜ੍ਹੀ ਜਿਹੀ ਛਾਂ ਰਹਿੰਦੀ ਹੈ ਇਹਨਾਂ ਦੋਨਾਂ ਬੂਟਿਆਂ ਦੀ।
ਇਹ ਹੈਗੇ ਪਮੋਲਿਆਂ ਦਾ ਬੂਟਾ, ਪਮੋਲਿਆਂ ਦੇ ਬੂਟੇ ਦੀ ਦੇਖੋ ਨਿਸ਼ਾਨ ਰਹਿੰਦੀ ਹੈ ਅਤੇ ਆਪਣੇ ਫੁੱਲ ਇਹ ਕੱਢ ਰਿਹਾ। ਤਾਂ ਫਰੈਂਡਸ ਅੱਜ ਲਈ ਇੰਨਾ ਹੀ, ਮੈਂ ਤੁਹਾਨੂੰ ਜ਼ੈਡੇ ਬਾਰੇ ਦੱਸਿਆ ਕਿ ਜ਼ੈਡੇ ਜਿਹੜਾ ਹੈਗਾ ਉਹ ਅਸੀਂ ਉਹਨੂੰ ਕਿਸ ਤਰ੍ਹਾਂ ਦੇ ਜਿਹੜੇ ਥਾਂ ਉੱਥੇ ਰੱਖਣਾ। ਜ਼ੈਡੇ ਨੂੰ ਰੱਖਣ ਵਾਸਤੇ ਜਿਹੜੇ ਅਸੀਂ ਉਹਦੇ ਪੋਟਸ ਉਹ ਰੱਖਣੇ ਹੈ, ਉਹ ਜੇਕਰ ਛਾਂਦਾਰ ਜਗ੍ਹਾ ਪਰ ਹੋਵੇ ਬਾਹਰ ਤਾਂ ਬਹੁਤ ਹੀ ਸੋਹਣਾ ਉਹਨਾਂ ਦਾ ਵਿਕਾਸ ਹੁੰਦਾ, ਵਧਦੇ ਫੁੱਲਦੇ। ਕਟਿੰਗ ਸਾਨੂੰ ਸਮੇਂ ਸਮੇਂ 'ਤੇ ਕਰਦੇ ਰਹਿਣਾ ਚਾਹੀਦਾ। ਸਰਦੀ ਦੇ ਵਿੱਚ ਉਹਨਾਂ ਦੀ ਗਰੋਥ ਰੁਕ ਜਾਂਦੀ ਹੈ ਅਤੇ ਗਰਮੀ ਦੇ ਵਿੱਚ ਗਰੋਥ ਹੁੰਦੀ ਰਹਿੰਦੀ ਹੈ। ਤਾਂ ਫਰੈਂਡਸ ਅੱਜ ਲਈ ਇੰਨਾ ਹੀ, ਕੱਲ੍ਹ ਨੂੰ ਕਿਸੇ ਹੋਰ ਨਵੇਂ ਪੌਦੇ ਨਾਲ ਤੁਹਾਡੇ ਰੂਬਰੂ ਹੋਵਾਂਗੀ ਅਤੇ ਤੁਸੀਂ ਮੇਰੀ ਵੀਡੀਓ ਨੂੰ ਦੇਖਿਓ, ਮੇਰੇ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਕਰਿਓ ਅਤੇ ਕਮੈਂਟਸ ਨਾਲ ਮੈਨੂੰ ਦੱਸਿਓ ਕਿ ਤੁਹਾਨੂੰ ਮੈਨੂੰ ਕਿਸ ਤਰ੍ਹਾਂ ਦੇ ਹੋਰ ਸੁਧਾਰ ਕਰਨੇ ਚਾਹੀਦੇ ਆਪਣੀ ਵੀਡੀਓ ਦੇ ਵਿੱਚ, ਜਾਂ ਜੇਕਰ ਤੁਸੀਂ ਹੋਰ ਕਿਸੇ ਪੌਦੇ ਬਾਰੇ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਮੈਨੂੰ ਕਮੈਂਟਸ ਵਿੱਚ ਜ਼ਰੂਰ ਦੱਸਿਓ। ਥੈਂਕਸ ਫੋਰ ਵਾਚਿੰਗ।